ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਇੱਕ ਖਬਰ ਹੋਰ ਵੀ ਸਾਹਮਣੇ ਆਈ ਹੈ ਹਰਿਆਣਾ ਦੇ ਹਿਸਾਰ ਤੋਂ, ਜਿੱਥੇ ਚਾਰ ਪੰਜ ਮੁੰਡੇ ਸੀਗੇ ਉਹ ਮੌਲ ਘੁੰਮਣ ਗਏ ਸੀਗੇ ਅਤੇ ਅੰਮ੍ਰਿਤਧਾਰੀ ਪਰਿਵਾਰ 'ਤੇ ਪਹਿਲਾਂ ਉਹਨਾਂ ਨੇ ਭੱਦੀ ਟਿੱਪਣੀ ਕੀਤੀ ਅਤੇ ਫਿਰ ਮਾਰਕੁੱਟ ਅਤੇ ਉਸ ਤੋਂ ਬਾਅਦ ਸਿੱਖਾਂ ਨੂੰ ਹਰਿਆਣਾ 'ਚ ਰਹਿਣ ਦੇਣ ਦੀ ਚੇਤਾਵਨੀ ਦਿੱਤੀ ਹੈ। ਸੋਸ਼ਲ ਮੀਡੀਆ ਦੇ ਉੱਤੇ ਖਬਰ ਵਾਇਰਲ ਹੋ ਰਹੀ ਹੈ, ਅਸੀਂ ਜ਼ਰੂਰ ਇਸ ਮੁਤਲਕ ਰਿਸਰਚ ਕਰਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ, ਇਸ ਪਰਿਵਾਰ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਜੇਕਰ ਤੁਹਾਨੂੰ ਕੋਈ ਜਾਣਕਾਰੀ ਹੋਈ ਤਾਂ ਤੁਸੀਂ ਜ਼ਰੂਰ ਸਾਨੂੰ ਫੋਨ ਕਰਕੇ ਦੱਸ ਸਕਦੇ ਹੋ ਕਿ ਇਸ ਮੁਤਲਕ ਕੀ ਗੱਲ ਹੋ ਰਹੀ ਹੈ। ਲੇਕਿਨ ਜੋ ਅੱਜ ਅਸੀਂ ਇਸ਼ੂ ਚੱਕਿਆ ਜੀ, ਉਹ ਹੈਗਾ ਜੀ ਜਿਹੜੇ ਸਿੱਖ ਪੰਥਕ ਇਸ਼ੂਜ਼ ਨੇ। ਜਦ ਚੋਣਾਂ ਨਜ਼ਦੀਕ ਆਉਂਦੀਆਂ ਹਨ ਤਾਂ ਉਹ ਉੱਠਣੇ ਸ਼ੁਰੂ ਹੋ ਜਾਂਦੇ ਹਨ, ਜਦ ਚੋਣਾਂ ਖਤਮ ਹੋ ਜਾਂਦੀਆਂ ਹਨ ਤਾਂ ਉਹ ਕਿਸੇ ਪਾਸੇ ਨਹੀਂ ਦਿਖਾਈ ਦਿੰਦੇ। ਤਾਂ ਹੁਣ ਇੱਕ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ, ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਹੁਣ ਗੱਲਾਂ ਹੋ ਰਹੀਆਂ ਹਨ ਕਿ ਫਾਸਟ ਟਰੈਕ ਕੋਰਟ ਬਣਾ ਦਿੱਤਾ ਗਿਆ, ਹੁਣ ਸ਼ਾਇਦ 1984 ਨੂੰ ਲੈ ਕੇ ਇਨਸਾਫ ਮਿਲ ਸਕਦਾ ਹੈ, ਬੰਦੀ ਸਿੰਘਾਂ ਦੀ ਰਿਹਾਈ, ਕਾਲੀ ਸੂਚੀ ਅਤੇ ਜਿਹੜੇ ਹੋਰ ਕੇਸਿਸ ਚੱਲ ਰਹੇ ਨੇ ਵੱਖ ਵੱਖ ਦੇਸ਼ ਦੇ ਵਿੱਚ। ਇਹ ਵੀ ਖਬਰ ਸਾਹਮਣੇ ਆਈ ਕਿ ਆਸਾਮ ਦੇ ਵਿੱਚ, ਸਿੱਕਮ ਦੇ ਵਿੱਚ, ਜਿਵੇਂ ਹੁਣ ਹਰਿਆਣਾ ਦਾ ਕੇਸ ਆਇਆ, ਦਿੱਲੀ ਦੇ ਵਿੱਚ ਜਿਹੜੀ ਮਾਰਕੁੱਟ ਦੇ ਮਾਮਲੇ ਸੀਗੇ, ਉਸ ਨੂੰ ਲੈ ਕੇ ਸਰਕਾਰ ਕਿੰਨੀ ਕੁ ਗੰਭੀਰ ਹੈਗੀ ਆ। ਔਰ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਮਿਨੋਰਟੀਜ਼ ਦੀ ਗੱਲ ਕਰੀਏ ਤਾਂ 2019 ਦੇ ਇਲੈਕਸ਼ਨ ਤੋਂ ਬਾਅਦ ਕੀ ਕੁਝ ਵੇਖਣ ਨੂੰ ਮਿਲੇਗਾ ਮਿਨੋਰਟੀਜ਼ ਦੇ ਲਈ, ਇਹ ਵੀ ਇੱਕ ਗੰਭੀਰ ਵਿਸ਼ਾ ਬਣਿਆ ਹੋਇਆ। ਤਾਂ ਤੁਸੀਂ ਇਸ ਮੁਤਲਕ ਮੈਨੂੰ ਫੋਨ ਕਰ ਵੀ ਰਹੇ ਹੋ, ਮੇਰੇ ਨਾਲ ਕਾਲਰ ਜੁੜਨੇ ਸ਼ੁਰੂ ਹੋ ਚੁੱਕੇ ਹਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਇੱਕੋ ਗੱਲ ਛੋਟੀ ਜਿਹੀ ਗੱਲ ਕਰਾਂਗਾ ਜਿਹਦੇ 'ਚ ਪੂਰਾ ਡੂੰਘੀ ਚੀਜ਼ ਬੋਲਾਂਗਾ। ਇੱਕ ਆਦਮੀ ਸੀ ਨਾ ਪੋਲਿਟਿਕਸ ਵਿੱਚ, ਤੋ ਉਹਦਾ ਨਾਂ ਸੀ ਅਨਬਲੀਵੇਬਲ ਜੀ। ਉਹ ਮਤਲਬ ਹਰ ਜਗ੍ਹਾ ਜਿੱਥੇ ਵੀ ਜਾਏ ਨਾ ਤੋ ਗੱਲ ਕੋਈ ਵੀ ਕਰਦਾ ਸੀ ਕਹਿੰਦੇ ਅਨਬਲੀਵੇਬਲ, ਤੋ ਉਹਦਾ ਨਾਂ ਅਨਬਲੀਵੇਬਲ ਪੈ ਗਿਆ। ਤੇ ਉਹ ਅਖੀਰ ਜਦੋਂ ਮਰਨ ਲੱਗਾ ਤੇ ਵਾਈਫ ਨੂੰ ਕਹਿਣ ਲੱਗਾ ਵੀ ਮੈਂ ਦੁਖੀ ਹੋ ਗਿਆ ਇਸ ਨਾਂ ਤੋਂ, ਤੂੰ ਇਹ ਮੇਰਾ ਨਾਂ ਨਹੀਂ ਲਿਖਣਾ, ਮੇਰੀ ਕਬਰ ਦੇ ਉੱਤੇ ਇਹ ਨਾਂ ਲਿਖਣਾ, ਉਹ ਜੋ ਮਰਜ਼ੀ ਲਿਖ ਦੇ। ਉਹ ਕਹਿਣਗੇ ਠੀਕ ਹੈ। ਜਦੋਂ ਉਹ ਮਰਿਆ ਨਾ ਤੇ ਉਹਨੇ ਲਿਖਿਆ ਵੀ ਇਹਨੇ ਕਦੇ ਵੀ ਪੋਲਿਟਿਕਸ ਕਿਸੇ ਨੂੰ ਧੋਖਾ ਨਹੀਂ ਦਿੱਤਾ, ਮੈਨੂੰ ਕੋਈ ਵਿਦਰੋਹ ਵਾਲਾ ਕੰਮ ਨਹੀਂ ਕੀਤਾ, ਧੋਖੇ ਵਾਲਾ ਕੰਮ ਨਹੀਂ ਦਿੱਤਾ, ਇਹ ਚੀਜ਼ਾਂ ਉਹ ਚਾਰ ਲਿਖਤੀਆਂ। ਉਹ ਜਿਹੜਾ ਬੰਦਾ ਕਬਰ ਤੋਂ ਬਾਹਰੋਂ ਲੰਘਦਾ ਸੀ, ਉਹ ਪੜ੍ਹਦਾ ਸੀ ਨਾ, ਕਹਿੰਦਾ ਅਨਬਲੀਵੇਬਲ, ਅਨਵੀਓ ਪੋਲਿਟਿਕਸ ਚ ਹੋਵੇ ਤੇ ਇਹ ਕੰਮ ਲੈ ਰਹੇ ਬਈ, ਹੋਨੈਸ ਹੋਵੇ। ਸੋ ਇਹ ਚੀਜ਼ ਹੈ ਕਿ ਸਾਰੇ ਅਨਬਲੀਵੇਬਲ ਆ ਗਿਆ। ਦੂਸਰਾ ਨਾ ਤਾਣੀ ਵਿਗੜੀ ਹੋਈ ਹੈ, ਤਾਣੀ ਸਮਝਦੇ ਹੋ ਨਾ ਕਿ ਇੱਕ ਬੰਦਾ ਵਿਗੜਿਆ ਹੋਵੇ ਤਾਂ ਸੁਧਾ ਸਕਦਾ ਹੈ ਤੇ ਸਾਰਿਆਂ ਨੂੰ ਨਹੀਂ। ਇੱਕ ਟੀਚਰ ਸੀ, ਇੱਕ ਇੰਸਪੈਕਟਰ ਸਕੂਲ ਗਿਆ ਜੀ, ਤੇ ਇੱਕ ਬੱਚਾ ਪੰਜਵੀਂ ਕਲਾਸ 'ਚ ਬੈਠਾ ਸੀ ਤੇ ਉਹਨੂੰ ਗੱਜਣ ਲੱਗਾ, ਤੈਨੂੰ ਪਤਾ ਵੀ ਤੀਰ ਕਮਾਨ ਕਿਹਨੇ ਤੋੜਿਆ ਸੀ? ਕਹਿੰਦਾ ਜੀ ਮੈਨੂੰ ਤੇ ਨਹੀਂ ਪਤਾ। ਉਹ ਕਹਿੰਦਾ ਮੈਂ ਤੈਨੂੰ ਇਸ ਕਲਾਸ 'ਚ, ਇੰਸਪੈਕਟਰ ਕਹਿੰਦਾ ਮੈਂ ਤੈਨੂੰ ਇਸ ਕਲਾਸ 'ਚ ਕੱਢ ਦਿਆਂਗਾ। ਉਹ ਕਹਿੰਦਾ ਜੀ ਮੁੰਡਾ ਕਹਿੰਦਾ ਮਾਸਟਰ ਤੁਸੀਂ ਮੈਨੂੰ ਕੱਢ ਨਹੀਂ ਸਕਦੇ। ਕਹਿੰਦਾ ਕਿਉਂ? ਕਹਿੰਦਾ ਮੈਂ ਇਸ ਕਲਾਸ ਦਾ ਸਟੂਡੈਂਟ ਹੀ ਨਹੀਂ, ਮੈਂ ਬਾਹਰ ਬੱਕਰੀਆਂ ਚਾਰਦਾ ਪਿਆ ਸੀ ਤੇ ਟੀਚਰ ਕਹਿੰਦਾ ਇੰਸਪੈਕਟਰ ਆਉਣਾ, 2 ਮਿੰਟ ਤੂੰ ਇੱਥੇ ਬੈਠ ਜਾ, ਤੇ ਮੈਂ ਤਾਂ ਬੈਠਾ ਆ। ਫਿਰ ਗਿਆ ਉਹ ਜਾ ਕੇ ਟੀਚਰ ਨੂੰ ਕਹਿਣ ਲੱਗਾ ਵੀ ਇਹ ਤੁਹਾਡਾ ਸਟੂਡੈਂਟ ਹੈ, ਮੈਂ ਤੇ ਤੈਨੂੰ ਵੀ ਤੂੰ ਨੌਕਰੀ ਤੋਂ ਦਰਖਾਸਤ ਕਰਨ ਲੱਗਾ। ਉਹ ਕਹਿੰਦਾ ਤੂੰ ਕੱਢ ਹੀ ਨਹੀਂ ਸਕਦਾ, ਮੇਰਾ ਚਾਚਾ ਹੈਗਾ ਟੀਚਰ, ਉਹ ਗਿਆ ਵਿਆਹ ਤੇ ਮੈਨੂੰ ਬਿਠਾ ਗਿਆ ਐਜ਼ ਏ ਟੀਚਰ, ਬਈ ਯਾਨੀ ਇੰਸਪੈਕਟਰ ਆਣਾ ਤੇ ਤੂੰ ਖੜਾ ਹੋ ਜਾ। ਫਿਰ ਉਹ ਹੈਡਮਾਸਟਰ ਕੋਲ ਗਿਆ ਤੇ ਉਹਨੂੰ ਵੀ ਇਹੀ ਕਹਿਣ ਲੱਗਾ ਵੀ ਤੂੰ ਕਹਿੰਦੇ ਮੈਂ ਤੈਨੂੰ ਕਰਨ ਲੱਗਾ ਬਰਖਾਸਤ। ਉਹ ਕਹਿੰਦਾ ਤੂੰ ਮੈਨੂੰ ਕੱਢ ਨਹੀਂ ਸਕਦਾ ਕਿਉਂਕਿ ਮੇਰਾ ਭਰਾ ਹੈਗਾ ਹੈਡਮਾਸਟਰ, ਉਹ ਅੱਜ ਉਹਨੇ ਨਵੀਂ ਦੁਕਾਨ ਖੋਲੀ ਹੈ ਉੱਥੇ ਗਿਆ। ਤੇ ਉਹ ਕਹਿਣ ਲੱਗਾ ਇਹ ਜਿਹੜਾ ਮੇਰਾ ਭਰਾ ਵੇ ਇਹ ਪੈਸੇ ਦੇ ਗਿਆ 10,000, ਬਈ ਇੰਸਪੈਕਟਰ ਨੂੰ ਦੇ ਦੇਣਾ 10,000 ਰੁਪਇਆ, ਇਹ ਕਾਗਜ਼ਾਂ ਤੇ ਸਾਈਨ ਕਰ ਦੇਣਾ। ਉਹਨੇ ਸਾਈਨ ਕਰਕੇ 10,000 ਲੈ ਕੇ ਨਾ, ਕਹਿੰਦਾ ਸ਼ੁਕਰ ਕਰ ਅਸਲੀ ਇੰਸਪੈਕਟਰ ਨਹੀਂ ਆਇਆ, ਨਹੀਂ ਤੇ ਉਹਨੇ 50,000 ਤੋਂ ਘੱਟ ਨਹੀਂ ਲੈਣਾ ਸੀ। ਮਤਲਬ ਸਾਰੇ ਹੀ ਨਕਲੀ ਸਨ ਤੋੜਦਾ, ਉਹ ਸਾਹਿਬ ਸਾਰੇ ਹੀ ਨਕਲੀਆਂ ਦਾ ਕੰਮ ਬਣਿਆ ਹੈ, ਜੇ ਇੱਕ ਵੀ ਅਸਲੀ ਬਹਿ ਜਾਏ ਨਾ ਸਾਰਿਆਂ ਨੂੰ ਬੰਦ ਕਰ ਸਕਦਾ ਵੇ। ਜੀ ਜੀ ਜੀ, ਅਸਲੀ ਦੀ ਲੋੜ ਹੈਗੀ ਹੈ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੀ ਗੱਲ ਸਾਡੇ ਨਾਲ ਰੱਖੀ। ਤਾਂ ਕਾਲਰਸ ਅੱਜ ਆਪਣੀ ਗੱਲ ਰੱਖ ਰਹੇ ਨੇ, ਔਰ ਤੁਸੀਂ ਵੀ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ। ਔਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਫੋਨ 'ਤੇ ਨਹੀਂ ਆਉਣਾ ਚਾਹੁੰਦਾ, ਲੇਕਿਨ ਤੁਹਾਡੇ ਕੋਲ ਕੋਈ ਅਜਿਹੀ ਰਿਸਰਚ ਹੈਗੀ ਹੈ, ਤੁਹਾਨੂੰ ਲੱਗਦਾ ਕਿ ਇਹ ਜਿਹੜੇ ਮਸਲੇ ਨੇ ਇਹਨਾਂ ਦੇ ਉੱਤੇ ਵੀ ਗੱਲ ਹੋਣੀ ਚਾਹੀਦੀ ਹੈ, ਤਾਂ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ info@justbroadcasting.com ਦੇ ਉੱਤੇ, harkirat@justbroadcasting.com ਦੇ ਉੱਤੇ ਆਪਣੇ ਵਿਚਾਰ ਜਿਹੜੇ ਨੇ ਤੁਸੀਂ ਮੇਲ ਦੇ ਉੱਤੇ ਲਿਖ ਕੇ ਵੀ ਸਾਂਝੇ ਸਾਡੇ ਨਾਲ ਕਰ ਸਕਦੇ ਹੋ। ਪੰਥਕ ਇਸ਼ੂਜ਼ ਦੀ ਅਸੀਂ ਗੱਲ ਕਰ ਰਹੇ ਸੀਗੇ, ਅਤੇ ਮੈਨੂੰ ਯਾਦ ਹੈ ਕਿ ਜਦ 1984 ਦਾ ਇਹ ਇੰਸੀਡੈਂਟ ਹੋਇਆ ਸੀਗਾ, ਉਸ ਤੋਂ ਬਾਅਦ ਆਲ ਓਵਰ ਵਰਲਡ ਦੇ ਵਿੱਚ ਵੱਸਦੇ ਸਿੱਖ ਕੌਮ ਨੂੰ ਇਹ ਧੱਕਾ ਪਹੁੰਚਿਆ ਸੀਗਾ, ਠੇਸ ਪਹੁੰਚੀ ਸੀਗੀ ਕਿ ਇਹ ਸਿਰਫ ਟਾਰਗੇਟ ਕਰਕੇ ਕਿਉਂ ਹੀ ਮਾਰਿਆ ਗਿਆ। ਔਰ ਅੱਜ ਵੀ ਉਹਨੂੰ ਰੋਇਟਸ ਕਿਹਾ ਜਾਂਦਾ ਹੈ, ਫਿਰ ਅਸੈਂਬਲੀ ਦੇ ਵਿੱਚ ਵੱਖ ਵੱਖ ਮੁਲਕਾਂ ਦੇ ਵਿੱਚ ਇਹਨੂੰ ਨਸਲਕੁਸ਼ੀ ਕਰਾਰ ਦਿੱਤਾ ਗਿਆ। ਤਾਂ ਇਹ ਵੀ ਇੱਕ ਕਿਤੇ ਨਾ ਕਿਤੇ ਮਸਲਾ ਹੁਣ ਸਿੱਖ ਕੌਮ ਚਾਹੁੰਦੀ ਹੈ ਕਿ ਇਹਨੂੰ ਨਸਲਕੁਸ਼ੀ ਕਰਾਰ ਦਿੱਤਾ ਜਾਏ। ਅਤੇ ਉਸ ਤੋਂ ਬਾਅਦ ਮਿਨੋਰਟੀ ਸੇਫ ਹੋਣ, ਖੁਦ ਆਪ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਉਹ ਵੀ ਕਹਿ ਚੁੱਕੇ ਨੇ ਕਿ ਮਿਨੋਰਟੀਜ਼ ਦੇ ਉੱਤੇ
ਕੌਨਫੀਡੈਂਸ ਲੈਵਲ ਜਿਹੜਾ ਉਹ ਪੈਦਾ ਕਰਨਾ ਚਾਹੀਦਾ ਪ੍ਰਧਾਨ ਮੰਤਰੀ ਮੋਦੀ ਨੂੰ। ਉਹਨਾਂ ਦੇ ਬਿਆਨ ਕਈ ਵਾਰ ਮੀਡੀਆ ਦੇ ਵਿੱਚ ਇਹ ਵੀ ਸਾਹਮਣੇ ਆ ਚੁੱਕੇ ਨੇ, ਲੇਕਿਨ ਅੱਜ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਹੁਣ ਕੀ ਨਿਪਟਾਰਾ ਵਾਕਈ ਹੋਏਗਾ 2019 ਦੇ ਲੋਕ ਸਭਾ ਚੋਣਾਂ ਤੋਂ ਪਹਿਲਾਂ, ਕਿ ਜਾਂ ਫਿਰ ਇਹ ਵੀ ਉਹੀ ਜੁਮਲਾ ਮਿਲੇਗਾ ਜੋ ਕਿ ਪਿਛਲੇ 34 ਸਾਲਾਂ ਤੋਂ, ਪਿਛਲੇ ਕਈ ਸਾਲਾਂ ਤੋਂ ਸਿੱਖਾਂ ਨੂੰ ਮਿਲਦਾ ਹੋਇਆ ਆ ਰਿਹਾ। ਮੇਰੇ ਨਾਲ ਹੋਰ ਵੀ ਕਾਲਰਸ ਮੌਜੂਦ ਨੇ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕੀ ਕੁਝ ਕਹਿਣਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ? ਹਾਂਜੀ ਜੀ, ਮੈਂ ਪਾਲ ਸਿੰਘ ਬੋਲ ਰਿਹਾ ਲੈਸਟਰ ਤੋਂ। ਜੀ, ਹਾਂਜੀ, ਤੁਸੀਂ ਗੱਲ ਕਰਦੇ ਆ 34 ਸਾਲ ਦੀ, ਮੈਂ ਗੱਲ ਕਰਦਾ ਜਦੋਂ ਦਾ ਡੇਟ ਯਾਦ ਹੈ, ਇਹਨੂੰ ਹੁਣ ਆਪਾਂ 72 ਸਾਲ ਮਨਾ ਰਹੇ ਹਾਂ। ਜੀ 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 ਸਿੱਖਾਂ ਦਾ ਤਾਂ 72 ਸਾਲ ਤੋਂ ਜੁਮਲਾ ਬਣਦਾ ਆ ਰਿਹਾ ਹੈ ਜੀ। ਕੋਈ ਨਵੀਂ ਗੱਲ ਹੋਵੇ ਤਾਂ ਅਸੀਂ ਮੰਨੀਏ ਜੀ। ਸਾਡਾ ਪਹਿਲਾ ਸੀਗਾ ਜੀ ਰਾਜੋਆਣੇ ਦੀ ਫਾਂਸੀ ਦਾ। ਜੀ ਹਾਂਜੀ ਜੀ, ਇਹ ਫਾਂਸੀ ਦਿੰਦੇ ਥੱਕ ਜਾਣਗੇ, ਸਿੰਘ ਨਹੀਂ ਮੁੱਕਣੇ ਜੀ। ਇੱਕ ਰਾਜੋਆਣਾ ਮਾਰ ਦੇਣਗੇ, ਫਾਂਸੀ ਦੇ ਦੇਣਗੇ ਜੀ, ਇੱਥੇ 4 ਹੋਰ ਪੈਦਾ ਹੋ ਜਾਣਗੇ, ਉਹਨਾਂ ਨੂੰ ਫੇਰ 30 ਸਾਲ ਲਟਕਾਣਗੇ। ਜਿਹੜੇ ਬੰਦੇ ਨੂੰ ਇਹਨਾਂ ਨੇ 1-30 ਸਾਲ ਪਹਿਲਾਂ ਸਜ਼ਾ ਦਿੱਤੀ ਆ ਜੀ, ਉਹ ਭੋਗਲ ਸਾਹਿਬ ਸਾਨੂੰ ਬਹੁਤ ਸੋਹਣਾ ਛੰਦ ਸੁਣਾ ਕੇ ਗਏ ਆ ਜੀ, ਜਾਂ ਉਸ ਤੋਂ ਬਾਅਦ ਭਾਈ ਸਾਹਿਬ ਕਤਲੇ ਗੱਲ ਸੁਣਾ ਕੇ ਗਏ ਆ ਜੇ ਸੋਹਣੀਆਂ ਜੀ। ਉਹਨਾਂ ਦਾ ਮਤਲਬ ਇਸ਼ਾਰਾ ਤਾਂ ਇਹੀ ਆ ਨਾ ਵੀ ਸਾਡਾ ਜਿਹੜਾ ਸਿਸਟਮ ਆ ਉਹ ਗੁਲਾਮ ਆ। ਕਹਿਣ ਨੂੰ ਜ਼ਰੂਰ ਅਸੀਂ ਆਜ਼ਾਦ ਹੋ ਗਏ ਹਾਂ, ਕਹਿਣ ਨੂੰ ਜ਼ਰੂਰ ਅਸੀਂ ਆਜ਼ਾਦੀ ਲੈ ਲਈ ਹੈ, ਕਹਿਣ ਨੂੰ ਅਸੀਂ ਮੀਡੀਆ ਦੇ ਉੱਤੇ ਤੁਸੀਂ ਵੀ ਬਹੁਤ ਸਾਰੀਆਂ ਗੱਲਾਂ ਐਡੀਆਂ ਕਹਿ ਜਾਂਦੇ ਜਿਹੜੀਆਂ ਸਾਨੂੰ ਸੁਣਦੀਆਂ ਆ ਜਾਂਦੀਆਂ, ਸਾਡੇ ਜਿਹੜੀਆਂ ਤੁਹਾਡਾ ਵੀ ਕੰਮ ਹੈ, ਤੁਹਾਨੂੰ ਵੀ ਮਜਬੂਰਨ ਕਰਨੀਆਂ ਪੈਂਦੀਆਂ ਹੈ, ਜੇ ਤੁਸੀਂ ਨਹੀਂ ਕਰੋਗੇ ਸਾਡੇ ਕੰਨਾਂ ਤੱਕ ਕਿੱਦਾਂ ਪਹੁੰਚਣਗੀਆਂ ਜੀ? ਸਾਨੂੰ ਸਵਾਦ ਕਿੱਦਾਂ ਆਊਗਾ ਵੀ ਅੱਜ ਤੁਸੀਂ ਇੱਕ ਨਵਾਂ ਟੌਪਿਕ ਲੈ ਕੇ ਆਏ ਆ ਜੀ? ਕਰਨਾ ਤਾਂ ਉਹੀ ਆ ਜੋ ਮਨ ਵਿੱਚ ਤਾੜ ਬੈਠੇ ਆ, ਉਹਨਾਂ ਦਾ ਮਿਸ਼ਨ ਕੀ ਆ, ਹਾਂ ਬਈ ਅਸੀਂ ਸਿੱਖ ਕੌਮ ਦੀ ਕਿੱਦਾਂ ਨਸ਼ਲ ਕੁਸ਼ੀ ਕਰਨੀ, ਬਸ ਜੇ ਕੋਈ ਨਵੀਂ ਗੱਲ ਹੋਵੇ ਫੇਰ ਤਾਂ ਅਸੀਂ ਮੰਨੀਏ, ਤੁਸੀਂ ਦੱਸੋ ਜਦੋਂ ਸਿੱਖਾਂ ਨਾਲ ਬਾਰ ਬਾਰ ਕਿੰਨਾ ਕੁ ਚਿਰ ਤੁਸੀਂ ਉਹਨੂੰ ਮਾਰੀ ਜਾਓਗੇ ਜੀ? ਹੁਣ ਮੀਡੀਆ ਆ ਗਿਆ, ਪਿਛਲੇ 10 ਸਾਲਾਂ ਤੋਂ ਅਸੀਂ ਸਾਡੇ ਕੋਲ ਸਾਡੇ ਆਪਣੇ ਇਹ ਮੀਡੀਆ ਆ ਗਿਆ, ਇਹਦਾ ਫੇਰ ਵੀ ਚਲੋ ਸਾਡੇ ਵਿਦੇਸ਼ਾਂ ਦੇ ਵਿੱਚ ਮੀਡੀਆ ਹੈਗੇ ਆ, ਤੁਸੀਂ ਇੱਥੇ ਆ ਕੇ ਤੁਸੀਂ ਆਪਣੇ ਐਡੀ ਖੁੱਲ ਕੇ ਗੱਲ ਕਰਦੇ, ਸਾਡੇ ਕੰਨਾਂ ਤੱਕ ਆਵਾਜ਼ ਆਉਂਦੀ ਆ, ਤਾਂ ਇੰਨੀ ਗੱਲ ਤਾਂ ਜਿਹੜਾ ਭਾਰਤ ਦਾ ਮੀਡੀਆ ਉਹ ਤਾਂ ਇੰਨੀ ਗੱਲ ਵੀ ਨੀ ਸਿੱਖਾਂ ਦੇ ਹੱਥ ਵਿੱਚ ਕਰਕੇ ਰਾਜੀ। ਜੀ 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 ਜੀ, ਅਸੀਂ ਫੇਰ ਵੀ ਤੁਹਾਨੂੰ ਸ਼ਾਬਾਸ਼ ਦਿੰਦੇ ਹਾਂ, ਤੁਸੀਂ ਐਟਲੀਸਟ ਮਾੜੀ ਮੋਟੀ ਤਾਂ ਗੱਲ ਕਰਦੇ ਆ, ਚਲੋ ਸਾਨੂੰ ਖੁਸ਼ੀ ਹੁੰਦੀ, ਚਲੋ ਐਟਲੀਸਟ ਤੁਸੀਂ ਇਨਸਾਫ ਸਾਨੂੰ ਲੈ ਕੇ ਮੂਹਰੇ ਆਉਣਾ ਚਾਹੁੰਦੇ ਵੀ ਕਮ ਸੇ ਕਮ ਸਿੱਖਾਂ ਨੂੰ ਇਨਸਾਫ ਮਿਲੇ। ਮਿਹਰਬਾਨੀ ਜੀ, ਬਿਲਕੁਲ ਇਹੀ ਕੋਸ਼ਿਸ਼ ਹੈਗੀ ਹੈ ਜੀ, ਜਿਹੜੀ ਨਿਰਪੱਖ ਗੱਲ ਹੈ ਉਹ ਹਮੇਸ਼ਾ ਅਸੀਂ ਲੈਂਦੇ ਰਵਾਂਗੇ, ਔਰ ਇਹ ਤੁਹਾਡਾ ਹੀ ਦਰਬਾਰ ਹੈਗਾ, ਜਨਤਾ ਦਾ ਦਰਬਾਰ ਹੈ ਸਾਡੇ ਯੂਕੇ ਯੂਰੋਪ ਦੇ ਵਿੱਚ ਵੱਸਦੇ ਜੀ। ਜੀ ਅਸੀਂ ਤਾਂ ਇਹ ਕਹਿੰਦੇ ਆ ਸਾਡਾ ਜਿਹੜਾ ਹੈਲੋ ਜੀ 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 ਹਾਂਜੀ, ਮੇਰਾ ਕਹਿਣ ਦਾ ਮਕਸਦ ਇਹ ਆ ਵੀ ਜਦੋਂ ਹੁਣ ਅਸੀਂ 2020 ਰੈਫਰੈਂਡਮ ਇੱਥੇ ਇੰਗਲੈਂਡ 'ਚ ਮਨਾਇਆ ਆ ਜੀ, ਇਹਦੀ ਲੋੜ ਨਹੀਂ ਸੀ ਪੈਣੀ, ਜਦੋਂ ਇਹਨਾਂ ਨੇ ਮੋਦੀ ਸਰਕਾਰ ਆਈ ਆ ਭਾਰਤ ਦੇ ਵਿੱਚ, ਇਹਨਾਂ ਨੇ ਹਿੰਦੂ ਹਿੰਦੂ ਰਾਸ਼ਟਰਵਾਦ ਦਾ ਨਾਰਾ ਲਾਇਆ ਜੀ, ਉਸ ਨਾਲ ਕਿਸੇ ਸਿੱਖਾਂ ਨੇ ਤਾਂ ਨਹੀਂ ਕੁਛ ਕਿਹਾ ਜੀ, ਜਦ ਅਸੀਂ ਆਪਣਾ 2020 ਰੈਫਰੈਂਡਮ ਦਾ ਨਾਰਾ ਲਾਇਆ ਉਹ ਇਹਨਾਂ ਨੂੰ ਫੇਰ ਕਾਹਤੇ ਚੁੱਪ ਦਾ ਜੀ। ਪਰ ਲੇਕਿਨ ਇਹ ਜਿਹੜਾ ਇੱਕ ਨਾਰਾ ਲੱਗਿਆ ਹਿੰਦੂ ਹਿੰਦੀ ਰਾਸ਼ਟਰਵਾਦ ਦਾ, ਇਹਦਾ ਮਤਲਬ ਕੀ ਆ? ਤੁਸੀਂ ਇਹ ਦੱਸੋ ਵੀ ਇਹਦਾ ਮਤਲਬ ਕੀ ਆ? ਇਹਦਾ ਮਤਲਬ ਤਾਂ ਸਾਰਾ ਦੇ ਇਹ ਨਾ ਬਾਕੀ ਸਾਰਿਆਂ ਨੂੰ ਖਤਮ ਕਰ ਦੇ ਜੀ। ਸਾਨੂੰ ਅੱਜ ਚਾਹੇ ਉਹ ਇੱਕ ਰਾਜਵਾਣਾ ਮਾਰ ਲੈਣ, ਚਾਹੇ ਉਹ ਆਪਣੇ ਹਵਾਰੇ ਵਰਗੇ ਮਾਰ ਲੈਣ, ਜਿੰਨੇ ਮਰਜ਼ੀ ਮਾਰ ਲੈਣ, ਸਿੱਖ ਕੌਮ ਚ ਗੁਰੂ ਮਹਾਰਾਜ ਦੀ ਇੰਨੀ ਕਿਰਪਾ ਦੇ ਨਾਲ ਸਿੰਘ ਜਿਹੜੇ ਬੈਠੇ ਆ, ਜਿਹੜੇ ਨੌਜਵਾਨਾਂ ਚੜ੍ਹਦੀ ਕਲਾ ਔਰ ਇੱਕ ਨੀ ਅਨੇਕਾਂ ਹੋਰ ਪੈਦਾ ਹੋਣਗੇ, ਤੁਹਾਡੇ ਵਿੱਚ ਵੀ ਸਿੱਖੀ ਦੇ ਜਜ਼ਬਾ ਪੈਦਾ ਹੋਊ, ਤੁਸੀਂ ਤਾਂਹੀਓ ਅੱਜ
ਬੇਖੌਫ ਹੋ ਕੇ ਇਹ ਸਿੱਖ ਕੌਮ ਦੀ ਗੱਲ ਕਰ ਰਹੇ ਹਾਂ ਜੀ, ਇਹਦਾ ਮਤਲਬ ਕਿਤੇ ਨਾ ਕਿਤੇ ਅੰਦਰ ਤੁਹਾਡੇ ਵੀ ਸਿੱਖੀ ਦਾ ਦਰਦ ਹੈ, ਤੁਹਾਡੇ ਅੰਦਰ ਵੀ ਲਾਈਟ ਜਗਦੀ ਆ ਜੀ। ਤੇ ਹਾਂ ਬਈ, ਕਿਤੇ ਨਾ ਕਿਤੇ ਅੱਜ ਸਿੱਖੀ ਦੀਆਂ ਕਦਰਾਂ ਦੀ ਕੀਮਤਾਂ ਦੀ ਗੱਲ ਕਰੀਏ, ਅਸੀਂ ਅੱਜ ਗੁਰੂ ਗ੍ਰੰਥ ਸਾਹਿਬ ਦੇ ਧੜਾ ਧੜ ਜੱਜ ਵੀ ਹੋ ਰਹੀ ਆ ਉਹਦੀ ਗੱਲ ਕਰੀਏ, ਅੱਜ ਸਾਨੂੰ ਇਨਸਾਫ਼ ਨੀ ਮਿਲ ਰਿਹਾ ਮਹਾਰਾਜ ਦੀ ਜੱਜ ਜੀ ਦਾ, ਉਹਦੀ ਗੱਲ ਕਰੀਏ, ਇਹਦਾ ਮਤਲਬ ਤੁਹਾਡੇ ਅੰਦਰ ਵੀ ਸਿੱਖੀ ਦੀ ਲਾਈਟ ਤਾਂ ਜਗਦੀ ਆ ਨਾ ਜੀ। ਜੀ ਜੀ ਮੈਂ ਇਹੀ ਚੀਜ਼ ਤੁਹਾਨੂੰ ਪੁੱਛਣੀ ਚਾਹੁੰਦਾ, ਤੁਸੀਂ ਕੀ ਇਹਦੇ ਬਾਰੇ ਤੁਹਾਨੂੰ ਕਹਿਣਾ ਚਾਹੋਗੇ? ਮੈਂ ਜੀ ਹਮੇਸ਼ਾ ਤੁਹਾਡੇ ਇਹ ਕੁਐਸਚਨ ਜਿਹੜਾ ਤੁਸੀਂ ਸੰਗਤਾਂ ਨੂੰ ਕਰਦੇ ਆ, ਸਾਨੂੰ ਕਰਦੇ, ਅਸੀਂ ਵੀ ਤੁਹਾਨੂੰ ਕੁਐਸਚਨ ਕਰਦੇ, ਤੁਹਾਡਾ ਆਪਣਾ ਇਹਦੇ ਬਾਰੇ ਕੀ ਖਿਆਲ ਹੈ? ਮੈਨੂੰ ਤਾਂ ਜੀ, ਅਗਰ ਮੇਰੀ ਪਰਸਨਲ ਤੁਸੀਂ ਪੁੱਛੋਗੇ ਤਾਂ ਮੈਂ ਤਾਂ ਹਮੇਸ਼ਾ ਕਹਿੰਦਾ ਵੀ ਆਉਂਦਾ ਔਰ ਹਮੇਸ਼ਾ ਪ੍ਰਤੀਕਰਮ ਦਿੰਦਾ ਵੀ ਹਾਂ ਕਿ ਬਹੁਤ ਲੋੜ ਹੈਗੀ ਹੈ ਪਹਿਲੇ ਸਾਨੂੰ ਆਪਣੇ ਆਪ ਨੂੰ ਯੂਨਾਈਟ ਕਰਨ ਦੀ, ਸਾਨੂੰ ਇਕੱਠੇ ਹੋਣ ਦੀ ਲੋੜ ਹੈਗੀ ਹੈ। ਜਦ ਤੱਕ ਅਸੀਂ ਯੂਨਾਈਟ ਨਹੀਂ ਹੋਵਾਂਗੇ, ਇੱਕ ਹੀ ਆਈਡੀਓਲੋਜੀ ਦੇ ਨਾਲ ਨਹੀਂ ਚੱਲਾਂਗੇ ਔਰ ਨਿਸ਼ਾਨ ਸਾਹਿਬ ਦੇ ਥੱਲੇ ਨਹੀਂ ਖੜ੍ਹੇ ਹੋਵਾਂਗੇ, ਤਾਂ ਜਿਹੜੇ ਮਸਲੇ ਨੇ ਉਹ ਨਿਪਟਾਏ ਨਹੀਂ ਜਾ ਸਕਦੇ। ਇਹ ਮੈਨੂੰ ਬੜੇ ਦੁੱਖ ਦੇ ਨਾਲ ਕਹਿਣਾ ਪੈਂਦਾ, ਨਿਪਟਾਏ ਨਹੀਂ ਜਾ ਸਕਦੇ। ਅਗਰ ਨਿਪਟਾਣੇ ਹੈਗੇ ਤਾਂ ਪਹਿਲੇ ਆਪਣੇ ਆਪ ਨੂੰ ਇਕੱਠਾ ਕਰਨ ਦੀ ਲੋੜ ਹੈਗੀ ਹੈ, ਸਾਨੂੰ ਚੌਧਰ ਪੁਣੇ ਤੋਂ ਬਾਹਰ ਨਿਕਲਣ ਦੀ ਲੋੜ ਹੈਗੀ ਹੈ, ਅਹੁਦੇਦਾਰੀਆਂ ਤੋਂ ਬਾਹਰ ਨਿਕਲਣ ਦੀ ਲੋੜ ਹੈਗੀ ਹੈ, ਇੱਕ ਹੀ ਰੋਡ ਮੈਪ ਦੇ ਉੱਤੇ ਚੱਲਣ ਦੀ ਲੋੜ ਹੈਗੀ ਹੈ, ਇੱਕ ਹੀ ਵਿਚਾਰਧਾਰਾ ਦੇ ਨਾਲ ਚੱਲਣ ਦੀ ਲੋੜ ਹੈਗੀ ਹੈ। ਤਾਂ ਮੈਨੂੰ ਲੱਗਦਾ ਕਿ ਇਹ ਬਹੁਤ ਜ਼ਿਆਦਾ ਵੱਡੇ ਮਸਲੇ ਨਹੀਂ ਹੈਗੇ, ਸੁਲਝਾਏ ਜਾ ਸਕਦੇ ਹਨ, ਔਰ ਬੈਠਣ ਦੀ ਲੋੜ ਹੈਗੀ ਹੈ ਇੱਕ ਟੇਬਲ ਦੇ ਉੱਤੇ। ਜਿਸ ਦਿਨ ਅਸੀਂ ਇੱਕ ਟੇਬਲ ਦੇ ਉੱਤੇ ਬਹਿ ਗਏ ਸਾਰੇ, ਤੇ ਲੱਗਦਾ ਮਸਲੇ ਸੁਲਝਾਏ ਜਾ ਸਕਦੇ ਹਨ। ਤੁਹਾਡੀ ਗੱਲ ਇੱਕਦਮ ਸਹੀ ਆ, ਆਹੀ ਚੀਜ਼ ਅਸੀਂ ਚਾਹੁੰਦੇ ਆ, ਇਹੀ ਚੀਜ਼ ਸਾਡੀ ਸਿੱਖ ਕੌਮ ਦਾ ਵੀ ਇਨਸਾਨੀਅਤ ਦਾ ਹੈ। ਜੇ ਅਸੀਂ ਸਿੱਖ ਕੌਮ ਨੂੰ ਛੱਡੋ, ਇੱਥੇ ਇਨਸਾਨੀਅਤ ਦਾ ਫਰਜ਼ ਵੀ ਇਹੀ ਆ, ਜੇ ਅਸੀਂ ਚਾਰ ਭਰਾ ਇਕੱਠੇ ਹੋ ਕੇ ਬੈਠ ਕੇ ਇਹ ਮਸਲੇ ਨੂੰ ਹੱਲ ਕਰ ਲਈਏ, ਇਹ ਲੜਾਈਆਂ ਖਤਮ ਹੋ ਜਾਣ। ਮੈਂ ਤੇ ਹਮੇਸ਼ਾ ਦਰਖਾਸਤ ਕਰਦਾ ਉਹਨਾਂ ਗੰਗੂਆਂ ਤੋਂ ਬਚ ਕੇ ਰਹੋ ਜੋ ਕਿ ਤੁਹਾਨੂੰ ਤੋੜਨਾ ਚਾਹੁੰਦੇ ਹਨ, ਤੁਹਾਡੇ ਵਿੱਚ ਮਤਭੇਦ ਪੈਦਾ ਕਰਾਉਣਾ ਚਾਹੁੰਦੇ ਹਨ, ਨਫ਼ਰਤਾਂ ਪੈਦਾ ਕਰਾਉਣਾ ਚਾਹੁੰਦੇ ਹਨ। ਸਮਝ ਜਾਓ ਕਿ ਇਹ ਗੰਗੂ ਆ ਚੁੱਕਿਆ, ਇਹਨੂੰ ਹੁਣ ਬਾਹਰ ਕੱਢਣਾ, ਆਪਾਂ ਤੇ ਨਿਸ਼ਾਨ ਸਾਹਿਬ ਦੇ ਥੱਲੇ ਖੜੇ ਹੋਣਾ। ਇਹ ਅੱਜ ਤੋਂ ਨਹੀਂ, ਸਾਡੇ ਗੁਰੂ ਸਾਹਿਬਾਨਾਂ ਤੋਂ ਚੱਲਦਾ ਆ ਰਿਹਾ। ਬਸ ਬਸ ਦੇਖੋ ਜੀ, ਪਰ ਲੇਕਿਨ ਅਨਫੋਰਚੁਨੇਟਲੀ ਮੈਂ ਸਮਝ ਗਿਆ, ਤੁਸੀਂ ਸਮਝ ਗਏ, ਮੇਰੇ ਹੋਰਾਂ ਭਰਾਵਾਂ ਨੂੰ ਵੀਰਾਂ ਨੂੰ ਵੀ ਸਮਝਣ ਦੀ ਲੋੜ ਆ, ਸਾਡੀ ਬੁੱਕਲ ਵਿੱਚ ਗੰਗੂ ਬੈਠਾ ਆ, ਜੇ ਅਸੀਂ ਉਹ ਬੁੱਕਲ ਵਿੱਚ ਬੈਠੇ ਗੰਗੂ ਨੂੰ ਸਮਝ ਲਈਏ ਨਾ, ਇਹ ਕਿਹੜਾ ਆ, ਵੋਟ ਪਾਉਣ ਤੋਂ ਪਹਿਲਾਂ ਉਸ ਗੰਗੂ ਨੂੰ ਤਰਾਸ਼ ਲਈਏ ਵੀ ਇਹ ਜਿਹੜਾ ਗੰਗੂ ਆ ਇਹਨੇ ਸਾਨੂੰ ਹੀ ਡੰਗ ਮਾਰਨਾ, ਤੇ ਮੈਨੂੰ ਲੱਗਦਾ ਵੀ ਜਿਹੜਾ ਤੁਹਾਡਾ ਨਾਰਾ ਆ ਉਹੀ ਮੇਰਾ ਨਾਰਾ ਆ ਵੀ। ਇਹ ਤੇ ਤੁਹਾਡੇ ਬਿਲਕੁਲ ਘਰ ਤੋਂ ਤੁਹਾਡੀਆਂ ਮੋਹਰਾਂ ਚੋਰੀ ਕਰਕੇ ਲੈ ਜਾਂਦਾ ਔਰ ਕਹਿ ਕੇ ਜਾਂਦਾ, ਦੇਖੋ ਜੀ ਮੈਂ ਤੁਹਾਡੀਆਂ ਇਹ ਘਰ ਤੋਂ ਇਹ ਮੋਹਰਾਂ ਚੱਕੀਆਂ ਨੇ, ਕਹਿ ਕੇ ਤੁਹਾਡੀ ਹਿੱਕ ਤੇ ਆਵਾਜ਼ ਦੇ ਕੇ ਤੁਹਾਡੇ ਹਿੱਕ ਤੇ ਸਾਹਮਣੇ ਲੈ ਕੇ ਜਾਂਦਾ। ਤਾਂ ਇਹ ਬਹੁਤ ਲੋੜ ਹੈਗੀ ਹੈ ਸਾਨੂੰ ਬਚਣ ਦੀ। ਮੈਂ ਤਾਂ ਹਮੇਸ਼ਾ ਕਹਿੰਦਾ ਹਾਂ ਨਾ, ਔਰ ਜੇਕਰ ਇਹ ਹੁੰਦਾ ਤਾਂ ਮੈਨੂੰ ਲੱਗਦਾ ਕਿ ਜਿਹੜੇ ਅਸੀਂ ਮਸਲੇ ਆ ਬਿਲਕੁਲ ਸੁਲਝਾ ਸਕਦੇ ਹਾਂ। ਔਰ ਜੇਕਰ ਅਸੀਂ ਗੱਲ ਕਰੀਏ ਹੁਣ ਦੂਜੇ ਮੁਲਕਾਂ ਦੀ, ਉੱਥੇ ਕਿੰਨੇ ਅਦਬ ਦੇ ਨਾਲ, ਕਿੰਨੇ ਸਤਿਕਾਰ ਦੇ ਨਾਲ ਸਾਨੂੰ ਵੇਖਿਆ ਜਾਂਦਾ, ਔਰ ਜਦ ਅਸੀਂ ਇਹ ਤਿਆਰ ਹੋ ਕੇ ਵਧੀਆ ਆਪਣੀ ਪੱਗ ਪੁੱਗ ਬਣ ਕੇ ਔਰ ਸਿੱਖੀ ਸਰੂਪ ਦੇ ਵਿੱਚ ਜਦ ਜਾਂਦੇ ਹਾਂ ਕਿਸੇ ਦੇ ਸਾਹਮਣੇ, ਤਾਂ ਉਹ ਸਾਨੂੰ ਵੈਲਕਮ ਕਰਦਾ। ਔਰ ਲੋੜ ਹੈਗੀ ਹੈ ਕਿ ਅਸੀਂ ਵੱਖ ਵੱਖ ਮੁਲਕਾਂ ਦੇ ਵਿੱਚ ਜਿਸ ਤਰੀਕੇ ਨਾਲ ਆਪਣੀ ਹੁਨਰ ਔਰ ਆਪਣੀ ਕ੍ਰੈਡੀਬਿਲਿਟੀ ਔਰ ਆਪਣੇ ਐਫਰਟਸ ਦੇ ਸਦਕਾ ਆਪਣਾ ਨਾਂ ਕਰ ਰਹੇ ਹਾਂ, ਅਤੇ ਲੋੜ ਹੈਗੀ ਜਿਹੜੇ ਸਿੱਖ ਲੀਡਰਸ ਨੁਮਾਇੰਦਗੀ ਕਰਦੇ ਹਨ ਸਿੱਖ ਕੌਮ ਦੀ ਭਾਰਤ ਦੇ ਵਿੱਚ, ਉਹਨਾਂ ਦੇ ਅੰਦਰ ਵੀ ਇਹ ਜਜ਼ਬਾ, ਇਹ ਕਦਰ, ਇਹ ਉਹਨਾਂ ਦੇ ਅੰਦਰ ਗੱਲਾਂ ਆਉਣ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਮਸਲੇ ਨੇ ਉਹ ਸੁਲਝਾਏ ਜਾ ਸਕਣ, ਸਿਆਸੀ ਰੋਟੀਆਂ ਜਿਹੜੀਆਂ ਉਹ ਨਾ ਸੇਕ ਸਕਣ ਸਾਡੇ ਸਿਆਸਤਦਾਨ। ਗੱਲ ਪਤਾ ਕੀ ਆ, ਜਿਹੜੀ ਤੁਸੀਂ ਗੱਲ ਕਹੀ ਆ, ਸਾਨੂੰ ਬਹੁਤ ਬਹੁਤ ਫਕਰ ਮਹਿਸੂਸ ਹੁੰਦਾ ਜਦੋਂ ਜਿਹੜੀ ਦਸਤਾਰ ਬੰਨ ਕੇ ਅਸੀਂ ਬਾਹਰ ਕਿਤੇ ਜਾਂਦੇ ਹਾਂ, ਜਾਂ ਸਾਨੂੰ ਕੋਈ ਸਾਡੇ ਪਾਕਿਸਤਾਨੀ ਜੀ ਜੋ ਟੱਕਰਦੇ ਆ, ਉਹ ਕਿੰਨੇ ਅਦਬ ਨਾਲ ਸਾਨੂੰ ਕਹਿੰਦੇ ਆ, ਸਰਦਾਰ ਜੀ ਕਿੱਧਰ ਚੱਲੇ ਹੋ, ਮੈਂ ਬਿਲਕੁਲ ਬਿਲਕੁਲ ਸੁਖਣ ਸੀਨਾ ਚੌੜਾ ਹੋ ਜਾਂਦਾ ਜੀ, ਸਾਨੂੰ ਸਾਡੇ ਪੰਜਾਬ ਦੇ ਵਿੱਚ ਕੋਈ ਸਰਦਾਰ ਜੀ ਕਹਿਣ ਤੋਂ ਗਰੇਜਦਾ ਆ ਜੀ, ਸਾਡੇ ਸਰਦਾਰ ਜੀ ਪੰਜਾਬੀ ਹੁੰਦੇ, ਸਾਡੇ ਸਰਦਾਰ ਜੀ ਪੱਗ ਬੰਨਣ ਤੋਂ ਬਜਾਏ ਕਹਿੰਦਾ ਟੋਪੀ ਰੱਖ ਲਓ, ਵੀ ਉਹ ਆਪਣੇ ਆਪ ਨੂੰ ਫਕਰ ਮਹਿਸੂਸ ਕਰੇ ਕਿ ਭਾਈ ਤੁਹਾਨੂੰ ਤਾਂ ਫਕਰ ਹੋਣਾ ਚਾਹੀਦਾ, ਸਾਨੂੰ ਗੁਰੂ ਨੇ ਤਾਜ ਬਖਸ਼ਿਆ ਆ ਜੀ। ਪਰ ਲੇਕਿਨ ਫਿਰ ਗੱਲ ਉੱਥੇ ਹੋ ਰਹੀ, ਮੈਂ ਇੱਥੇ ਬਾਹਲਾ ਸਮਾਂ ਨਹੀਂ ਲਵਾਂਗਾ। ਬਹੁਤ ਬਹੁਤ ਧੰਨਵਾਦ ਜੀ, ਮੈਂ ਵੇਖ ਪਾ ਰਿਹਾ ਹੋਰ ਵੀ ਬਹੁਤ ਸਾਰੇ ਕਾਲਰ ਸਾਨੂੰ ਕਾਲ ਕਰ ਰਹੇ ਨੇ, ਅਤੇ ਮੈਂ ਆਪਣੇ ਕਾਲਰਾਂ ਨੂੰ ਰਿਕੁਐਸਟ ਕਰੂੰਗਾ ਫੋਨ ਨੂੰ ਕੱਟਿਓ ਨਾ, ਮੈਂ ਵੇਖ ਪਾ ਰਿਹਾ ਕਿ ਤੁਸੀਂ ਸਾਨੂੰ ਕਾਲ ਕੀਤੀ ਹੋਈ ਹੈ, ਜਿਨ੍ਹਾਂ ਨੇ ਫੋਨ ਕੱਟਿਆ ਉਹ ਮੈਨੂੰ ਵਾਪਸ ਕਾਲ ਕਰ ਸਕਦੇ ਨੇ, ਮੈਂ ਉਹਨਾਂ ਦੀ ਫੋਨ ਕਾਲਸ ਨੂੰ ਕਿਊ ਦੇ ਵਿੱਚ ਪਾ ਦੇਵਾਂਗਾ ਔਰ ਲਵਾਂਗਾ ਤੁਹਾਡੇ ਵਿਚਾਰ ਵੀ ਇਸ ਬ੍ਰੇਕ ਤੋਂ ਉਸ ਪਾਰ।